वाहिगुरु जी का खालसा वाहिगुरु जी की फतेह। अनमोल विचार चैनल विच तुहाडा स्वागत है। सब तो पहला अपने चैनल नू सबसक्राइब कर लो ते जेकर वीडियो वधिया लगेगी तो इस नू लाइक अते शेयर जरूर कर देना। ते एक सारयां दे अगे हाथ जोड़ के बेनती है कि वीडियो नू अंत तक अते ध्यान नाल सुनिया करो, क्योंकि सुनण दा फायदा तां है जे असी सुन के असर करांगे। अदरवाइज एक कान तो सुनिया दूजे कान तो कढ़ दिता, इस तरह सानू कोई भी लाभ प्राप्त नहीं होना। इसलिए जो गल भी हुंदी आ ध्यान नाल सुनिया करो, क्योंकि अज साडे विचों बहुतियां दी माड़ी आदत ए आ कि आपां जदों कोई गल कर रहा हुंदा है तां आपां उस वल ध्यान ही नहीं दिंदे। इसलिए जे जिंदगी दे विच कुछ पाउणा चाहुंदे हो, प्राप्त करना चाहुंदे हो ना, तां सब तो पहला अपनी इह आदत सुधारो कि किसी की भी गल नूं असर नाल सुनिया करो, ध्यान नाल सुनिया करो कि अगला इंसान सानू की समझाउण दी कोशिश कर रहा है। अज हरेक इंसान दुखी आ, चिंताग्रस्त आ, धोखे दा शिकार आ। कोई कहिंदा है मैं घर दी गरीबी तों परेशान आ, कोई कहिंदा है कि साडे कमाई तां हुंदी आ पर उस कमाई दे विच बरकत नहीं पैंदी, कोई कहिंदा मैं कर्जे तों परेशान आ, कोई कहिंदा वार वार मैनू रिश्तियां दे विच धोखा मिलिया, मैं इस करके परेशान आ, किसी दे घर लड़ाई झगड़ा कलेश रहिंदा है ਉਹ ਤਾਂ ਕਰਕੇ ਪਰੇਸ਼ਾਨ ਆ, ਇਸ ਕਰਕੇ ਦੁਖੀ ਆ। ਤੇ ਇਹਨਾਂ ਸਭ ਦੁੱਖਾਂ ਦੇ ਪਿੱਛੇ ਕਾਰਨ ਕੀ ਆ? ਆਪਾਂ ਕਿਉਂ ਦੁਖੀ ਆ ਇਹਨਾਂ ਦੇ ਕਰਕੇ? ਅਸੀਂ ਦੁਖੀ ਆ ਆਪਣੇ ਗਲਤ ਫੈਸਲਿਆਂ ਦੇ ਕਰਕੇ, ਕਿਉਂਕਿ ਅਸੀਂ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦੇ ਹਾਂ। ਸਾਨੂੰ ਲੱਗਦਾ ਕਿ ਮੇਰੇ ਨਾਲੋਂ ਵੱਧ ਮੇਰੀ ਭਲਾਈ ਬਾਰੇ ਕੋਈ ਹੋਰ ਸੋਚ ਹੀ ਨਹੀਂ ਸਕਦਾ, ਜੋ ਮੈਂ ਕਰਾਂਗਾ ਆਪਣੇ ਲਈ ਉਹ ਹੀ ਸਭ ਠੀਕ ਹੋਵੇਗਾ। ਆਪਾਂ ਜਦੋਂ ਵੀ ਕੋਈ ਕੰਮ ਧੰਦਾ, ਕੋਈ ਬਿਜ਼ਨਸ, ਕੋਈ ਦੁਕਾਨ ਜਾਂ ਕਿਸੇ ਰਿਸ਼ਤੇ ਲਈ ਜਾਂਦੇ ਹਾਂ ਤਾਂ ਆਪਾਂ ਅਰਦਾਸ ਤਾਂ ਕਰਾਉਂਦੇ ਹਾਂ, ਪਰ ਉਹ ਅਰਦਾਸ ਸਿਰਫ ਸ਼ਬਦਾਂ ਰਾਹੀਂ ਹੁੰਦੀ ਆ। ਸਾਡੀ ਭਾਵਨਾ ਨਹੀਂ ਬਣਦੀ, ਸਾਡੇ ਮਨ ਦਾ ਵਿਸ਼ਵਾਸ ਨਹੀਂ ਬਣਦਾ, ਸਾਡੇ ਮਨ ਵਿੱਚ ਭਰੋਸਾ ਨਹੀਂ ਬਣਦਾ। ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਸਾਡੇ ਗਵਾਂਢ ਦੀ ਹੀ ਦੱਸ ਦਿੰਦੀ ਹਾਂ। ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣਾ ਨਵਾਂ ਮਕਾਨ ਬਣਾਉਣਾ ਸ਼ੁਰੂ ਕੀਤਾ। ਉਹਨਾਂ ਨੇ ਗ੍ਰੰਥੀ ਸਿੰਘ ਨੂੰ ਬੁਲਾਇਆ, ਨੀਂਹ ਪੱਥਰ ਰੱਖਣਾ ਸੀ ਕਿ ਚਲੋ ਪਰਮਾਤਮਾ ਦਾ ਨਾਮ ਲੈ ਕੇ, ਉਹਨਾਂ ਦੀ ਮਨਜ਼ੂਰੀ ਲੈ ਕੇ। ਅਰਦਾਸ ਦਾ ਮਤਲਬ ਤਾਂ ਇਹ ਹੈ ਨਾ ਕਿ ਆਪਾਂ ਆਪਣੇ ਵਾਹਿਗੁਰੂ ਜੀ ਦੀ ਮਨਜ਼ੂਰੀ ਲਈਏ, ਆਪਣੇ ਵਾਹਿਗੁਰੂ ਜੀ ਨੂੰ ਸੱਦਾ ਦੇਈਏ ਕਿ ਵਾਹਿਗੁਰੂ ਜੀ ਆਓ ਤੇ ਸਾਰੇ ਕਾਰਜ ਆ ਕੇ ਆਪ ਰਾਸ ਕਰੋ। ਤੇ ਉਹਨਾਂ ਨੇ ਵੀ ਗ੍ਰੰਥੀ ਸਿੰਘ ਨੂੰ ਬੁਲਾਇਆ, ਆਂਢ ਗਵਾਂਢ ਨੂੰ ਵੀ ਬੁਲਾਇਆ। ਆਪਾਂ ਵੀ ਗਏ ਉਹਨਾਂ ਦੇ ਘਰ ਤੇ ਜਾ ਕੇ ਕੀ ਦੇਖਿਆ ਕਿ ਗ੍ਰੰਥੀ ਸਿੰਘ ਜੀ ਇਕੱਲੇ ਹੀ ਨੀਂਹ ਦੇ ਜਿੱਥੇ ਨੀਂਹ ਰੱਖਣੀ ਸੀ ਉੱਥੇ ਖੜੇ ਨੇ, ਅਰਦਾਸ ਕਰ ਰਹੇ ਨੇ। ਉਹਨਾਂ ਦੇ ਬੱਚੇ 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 ਨੇ ਜੋ ਕਿ 16-17 ਸਾਲ ਦੀ ਉਮਰ ਉਹਨਾਂ ਦੀ, ਉਹ ਆਪਣੇ ਘਰ ਤੋਂ ਬਾਹਰ ਗਲੀ ਦੇ ਵਿੱਚ ਮੰਜਾ ਡਾ ਕੇ ਬੈਠੇ ਨੇ। ਪਤਨੀ ਆਂਢ ਗੁਆਂਢ ਵਾਸਤੇ ਚਾਹ ਬਣਾ ਰਹੀ ਆ, ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਕਰ ਰਹੀ ਆ, ਤੇ ਸਿਰਫ ਉਸਦਾ ਪਤੀ ਹੀ ਉੱਥੇ ਖੜਾ ਹੈ ਗ੍ਰੰਥੀ ਸਿੰਘ ਦੇ ਨਾਲ। ਉਸ ਦਾ ਵੀ ਧਿਆਨ ਇੱਧਰ ਉੱਧਰ ਹੋ ਰਿਹਾ ਹੈ। ਤੇ ਚਲੋ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਤੇ ਘਰ ਵਾਲਿਆਂ ਨੇ ਆਪਣਾ ਫਰਜ਼ ਨਿਭਾਤਾ, ਸਭ ਨੂੰ ਚਾਹ ਪਾਣੀ ਪਿਲਾਈ। ਤੇ ਤੁਸੀਂ ਦੱਸੋ ਵੀ ਅਰਦਾਸ ਦਾ ਮਤਲਬ ਤੇ ਇਹ ਸੀ ਨਾ ਕਿ ਸਭ ਨੇ ਰਲ ਕੇ ਬੇਨਤੀ ਕਰਨੀ ਸੀ, ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਨੀ ਸੀ ਕਿ ਆਓ ਵਾਹਿਗੁਰੂ ਜੀ ਆਪ ਵਿੱਚ ਹੋ ਕੇ ਕਾਰਜ ਰਾਸ ਕਰੋ। ਇਹ ਤਾਂ ਸਿਰਫ ਫਾਰਮੈਲਿਟੀ ਕੀਤੀ, ਵਿਖਾਵਾ ਕੀਤਾ ਕਿ ਅਸੀਂ ਅਰਦਾਸ ਕਰਾਈ ਆ, ਫਿਰ ਇਹੋ ਜਿਹੀ ਅਰਦਾਸ ਕਿੰਜ ਕਬੂਲ ਹੋ ਜਾਵੇਗੀ? ਤੇ ਹੋਇਆ ਵੀ ਇੰਜੀ, 2 ਦਿਨਾਂ ਬਾਅਦ 2-2, 3-3 ਫੁੱਟ ਉੱਚੀਆਂ ਕੰਧਾਂ ਕਰ ਲਈਆਂ ਸਨ ਤਾਂ ਘਰ ਦੇ ਵਿੱਚ ਕਲੇਸ਼ ਸ਼ੁਰੂ ਹੋ ਗਿਆ, ਉਹ ਕੰਧਾਂ ਨੂੰ ਢਾ ਦਿੱਤਾ ਗਿਆ। ਤੇ ਫਿਰ ਇਹਦੇ ਵਿੱਚ ਵਾਹਿਗੁਰੂ ਜੀ ਦਾ ਕੀ ਕਸੂਰ ਆ? ਜਿਸ ਤਰ੍ਹਾਂ ਦੀ ਆਪਾਂ ਅਰਦਾਸ ਕੀਤੀ ਸੀ ਉਸੇ ਤਰ੍ਹਾਂ ਦੀ ਕਬੂਲ ਹੋ ਗਈ ਸਾਡੀ, ਕਿਉਂਕਿ ਅਸੀਂ ਸਿਰਫ ਸ਼ਬਦਾਂ ਰਾਹੀਂ ਅਰਦਾਸ ਕੀਤੀ, ਭਾਵਨਾ ਨਾਲ ਨਹੀਂ ਕੀਤੀ, ਸਿਰਫ ਵਿਖਾਵਾ ਕੀਤਾ ਸੀ। ਇਹ ਗੱਲ ਦੱਸਣ ਦਾ ਭਾਵ ਇਹ ਸੀ ਕਿ ਜਦੋਂ ਵੀ ਆਪਾਂ ਕਿਸੇ ਵੀ ਕੰਮ ਕਾਰ ਦੀ ਸ਼ੁਰੂਆਤ ਦੇ ਲਈ ਅਰਦਾਸ ਕਰਦੇ ਹਾਂ ਉਹ ਸਿਰਫ ਸ਼ਬਦਾਂ ਦਾ, ਉਹ ਸਿਰਫ ਵਿਖਾਵਾ ਨਾ ਕਰਿਆ ਕਰੋ। ਉਹ ਅਰਦਾਸ ਭਾਵਨਾ ਦੀ ਹੁੰਦੀ ਹੈ, ਸਾਡੇ ਮਨ ਦੀ ਆਵਾਜ਼ ਹੁੰਦੀ ਆ। ਉਸ ਆਵਾਜ਼ ਨੂੰ ਆਪਣੇ ਵਾਹਿਗੁਰੂ ਜੀ ਤੱਕ ਪਹੁੰਚਾਇਆ ਕਰੋ। ਜੋ ਵੀ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਰਹਿਣਾ ਚਾਹੁੰਦਾ ਹੈ, ਜੋ ਵੀ ਚਾਹੁੰਦਾ ਹੈ ਕਿ ਮੈਨੂੰ ਦੁੱਖ ਮੁਸੀਬਤਾਂ ਨਾ ਘੇਰਨ, ਤਾਂ ਉਹ ਅੰਮ੍ਰਿਤ ਵੇਲੇ ਉੱਠ ਕੇ ਇਹ ਕੰਮ ਜ਼ਰੂਰ ਕਰਿਆ ਕਰੋ। ਨਿਤਨੇਮ ਕਰਨ ਤੋਂ ਉਪਰੰਤ ਅਰਦਾਸ ਬੇਨਤੀ ਕਰਿਆ ਕਰੋ ਕਿ ਪਾਤਸ਼ਾਹ ਜੋ ਕੰਮ ਤੈਨੂੰ ਭਾਵੇ ਸੋ ਹੀ ਕਰਾਉਣਾ, ਜੋ ਨਾ ਭਾਵੇ ਸੋ ਨਾ ਕਰਾਉਣਾ। ਭਾਵ ਕਿ ਮੇਰੇ ਵਾਹਿਗੁਰੂ ਜੀ, ਮੇਰੇ ਗੁਰੂ ਨਾਨਕ ਪਾਤਸ਼ਾਹ ਜੀ, ਜੋ ਕੰਮ ਤੁਹਾਨੂੰ ਸਹੀ ਲੱਗਦਾ ਹੋਵੇ ਤੁਸੀਂ ਉਹੀ ਕੰਮ ਕਰਵਾਉਣਾ, ਉਹੀ ਕੰਮ ਨੇਪਰੇ ਚੜ੍ਹਾਉਣਾ। ਜੇ ਕੰਮ ਤੁਹਾਨੂੰ ਚੰਗਾ ਨਾ ਲੱਗੇ ਤਾਂ ਉਹ ਕੰਮ ਕਦੇ ਵੀ ਮੇਰੇ ਕੋਲੋਂ ਨਾ ਕਰਾਉਣਾ। ਤਾਂ ਦੇਖਣਾ ਇਸ ਤਰ੍ਹਾਂ ਜਦੋਂ ਸਵੇਰੇ ਉੱਠਦਿਆਂ ਸਾਰ ਹੀ ਇਹ ਅਰਦਾਸ ਕਰੋਗੇ, ਆਪਣੀ ਜ਼ਿੰਮੇਵਾਰੀ ਆਪਣੇ ਪਿਤਾ ਦੇ ਹੱਥ ਦੇ ਦਿਓਗੇ
ਤਾਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਅਜਿਹਾ ਕੋਈ ਵੀ ਕੰਮ ਨਹੀਂ ਹੋਣ ਦੇਣਗੇ ਜੋ ਤੇਰੇ ਲਈ ਚੰਗਾ ਨਾ ਹੋਵੇ, ਜਿਸ ਕਰਕੇ ਤੇਰਾ ਕੋਈ ਨੁਕਸਾਨ ਹੁੰਦਾ ਹੋਵੇ ਜਾਂ ਜਿਸ ਕੰਮ ਕਰਕੇ ਤੂੰ ਪਾਪਾਂ ਦਾ ਭਾਗੀਦਾਰ ਬਣੇ। ਮੇਰੇ ਪਾਤਸ਼ਾਹ ਮਾੜੇ ਕੰਮ ਦੇ ਰਾਹ ਹੀ ਬਦਲ ਦੇਣਗੇ, ਦਿਸ਼ਾ ਹੀ ਬਦਲ ਦੇਣਗੇ ਕਿ ਇਹ ਕੰਮ ਮੇਰੇ ਪਿਆਰੇ ਨੂੰ ਗਲਤ ਮੰਜ਼ਿਲ ਤੱਕ ਲੈ ਕੇ ਜਾਵੇਗਾ। ਪਰ ਸਾਨੂੰ ਤਾਂ ਲੱਗਦਾ ਕਿ ਸਾਡੇ ਨਾਲੋਂ ਵੱਧ ਕੋਈ ਸਿਆਣਾ ਹੀ ਨਹੀਂ ਹੈ, ਸਾਨੂੰ ਸਭ ਪਤਾ ਹੈ ਕਿ ਮੇਰੇ ਲਈ ਕੀ ਸਹੀ ਆ ਕੀ ਗਲਤ ਆ। ਇਸੇ ਕਰਕੇ ਅਸੀਂ ਆਪਣੀਆਂ ਮਨਮਰਜ਼ੀਆਂ ਕਰਦੇ ਹਾਂ, ਆਪਣੇ ਗਲਤ ਫੈਸਲੇ ਲੈਂਦੇ ਹਾਂ ਅਤੇ ਫਿਰ ਵਾਰ ਵਾਰ ਧੋਖੇ ਦਾ ਸ਼ਿਕਾਰ ਹੁੰਦੇ ਹਾਂ ਅਤੇ ਉਹ ਇਲਜ਼ਾਮ ਆਪਣੇ ਵਾਹਿਗੁਰੂ ਜੀ ਦੇ ਸਿਰ 'ਤੇ ਲਾ ਦਿੰਦੇ ਹਾਂ। ਪਰ ਜਿਸ ਦਿਨ ਵੀ ਅਸੀਂ ਆਪਣੇ ਅੰਦਰ ਦੀ ਮੈਂ ਨੂੰ ਮਾਰ ਲਿਆ, ਆਪਾਂ ਆਪਣੀ ਸਿਆਣਪ ਛੱਡ ਕੇ ਇਹ ਸਮਝ ਲਿਆ ਕਿ ਜੋ ਵੀ ਕਰਨ ਕਰਾਉਣ ਵਾਲੇ ਨੇ ਮੇਰੇ ਵਾਹਿਗੁਰੂ ਜੀ ਆ, ਆਪਣੇ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਬਣ ਗਿਆ ਕਿ ਮੇਰੇ ਵਾਹਿਗੁਰੂ ਜੀ ਜੋ ਵੀ ਕਰਨਗੇ ਉਹ ਸਭ ਕੁਛ ਠੀਕ ਕਰਨਗੇ। ਮੇਰੇ ਵਾਹਿਗੁਰੂ ਜੀ ਨੂੰ ਪਤਾ ਹੈ ਕਿ ਮੇਰੇ ਲਈ ਕੀ ਠੀਕ ਹੈ ਕੀ ਗਲਤ ਆ। ਤਾਂ ਤੁਸੀਂ ਦੇਖਣਾ ਫਿਰ ਸਾਰੇ ਗਿਲੇ ਸ਼ਿਕਵੇ ਦੁੱਖ ਚਿੰਤਾਵਾਂ ਮੁੱਕ ਜਾਣਗੀਆਂ, ਕੋਈ ਵੀ ਦੁੱਖ ਰੋਗ ਸਾਨੂੰ ਸਤਾਵੇਗਾ ਨਹੀਂ। ਇਸ ਲਈ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਬਾਂਹ ਆਪਣੇ ਵਾਹਿਗੁਰੂ ਜੀ ਦੇ ਹੱਥ ਫੜਾ ਦਿਆ ਕਰੋ, ਕਿਹਾ ਕਰੋ ਕਿ ਪਾਤਸ਼ਾਹ ਮੈਨੂੰ ਨਹੀਂ ਪਤਾ, ਮੇਰੀ ਸਾਰੀ ਜ਼ਿੰਮੇਵਾਰੀ ਤੁਹਾਡੀ ਆ। ਜਦੋਂ ਵੀ ਕੋਈ ਕੰਮ ਕਾਰ ਸ਼ੁਰੂ ਕਰਨਾ ਹੈ, ਕਿਸੇ ਕਾਰੋਬਾਰ ਦੀ ਡੀਲ ਪੱਕੀ ਕਰਨੀ ਆ, ਕਿਸੇ ਰਿਸ਼ਤੇ ਦੇ ਲਈ ਜਾਣਾ ਹੈ, ਤਾਂ ਇਹ ਘਰੋਂ ਅਰਦਾਸ ਕਰਕੇ ਤੁਰਿਆ ਕਰੋ ਕਿ ਪਾਤਸ਼ਾਹ ਜੋ ਕੰਮ ਵੀ ਤੁਹਾਨੂੰ ਚੰਗਾ ਲੱਗੇ ਉਹੀ ਕਰਾਉਣਾ, ਉਹੀ ਕੰਮ ਨੇਪਰੇ ਚੜ੍ਹਾਉਣਾ। ਜੇ ਤੁਹਾਨੂੰ ਲੱਗਦਾ ਹੈ ਕਿ ਉਹ ਕੰਮ ਮੇਰੇ ਲਈ ਸਹੀ ਨਹੀਂ ਹੈ ਤਾਂ ਉਹ ਕੰਮ ਨੇਪਰੇ ਨਾ ਚੜ੍ਹਾਉਣਾ। ਪਰ ਅਸੀਂ ਤਾਂ ਇੱਕੋ ਹੀ ਰੱਟਾ ਲਾਇਆ ਹੁੰਦਾ ਹੈ, ਸਾਨੂੰ ਲੱਗਦਾ ਹੁੰਦਾ ਕਿ ਇਹ ਕੰਮ ਸਾਡੇ ਲਈ ਸਹੀ ਆ, ਅਤੇ ਅਸੀਂ ਬਸ ਇੱਕੋ ਹੀ ਰੱਟਾ ਲਾਇਆ ਹੁੰਦਾ ਕਿ ਵਾਹਿਗੁਰੂ ਜੀ ਮੇਰੀ ਅਰਦਾਸ ਪੂਰੀ ਕਰ ਦਿਓ, ਮੇਰੀ ਵਿਸ਼ ਪੂਰੀ ਕਰ ਦਿਓ, ਮੇਰੀ ਵਿਸ਼ ਪੂਰੀ ਕਰ ਦਿਓ। ਨਹੀਂ, ਇਹ ਕਿਹਾ ਕਰੋ ਕਿ ਪਰਮਾਤਮਾ ਜੋ ਤੈਨੂੰ ਚੰਗਾ ਲੱਗਦਾ ਹੈ ਕਿ ਮੇਰੇ ਲਈ ਇਹ ਸਹੀ ਆ ਉਹ ਹੀ ਕਰਿਓ ਜੀ, ਤਾਂ ਦੇਖਣਾ ਮੇਰੇ ਵਾਹਿਗੁਰੂ ਜੀ ਇੰਨੀ ਕਿਰਪਾ ਕਰਨਗੇ ਕਿ ਕਦੇ ਵੀ ਤੁਹਾਡੇ ਹੱਥਾਂ ਤੋਂ ਕੋਈ ਵੀ ਮਾੜਾ ਕੰਮ ਨਹੀਂ ਹੋਵੇਗਾ, ਤੁਹਾਡੀ ਜੀਭ ਤੁਹਾਡੀ ਰਸਨਾ ਤੋਂ ਕੋਈ ਵੀ ਮਾੜੇ ਸ਼ਬਦ ਨਹੀਂ ਨਿਕਲਣਗੇ ਜਿਸ ਦੇ ਕਾਰਨ ਕਿਸੇ ਦਾ ਦਿਲ ਦੁਖੇ ਜਾਂ ਘਰ ਦੇ ਵਿੱਚ ਕੋਈ ਕਲਾ ਕਲੇਸ਼ ਪਵੇ। ਕੋਈ ਵੀ ਅਜਿਹੇ ਗਲਤ ਫੈਸਲੇ ਨਹੀਂ ਕਰਨ ਦੇਵੇਗਾ ਮੇਰਾ ਵਾਹਿਗੁਰੂ ਜਿਸ ਕਾਰਨ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪਵੇ। ਅਤੇ ਜਦੋਂ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਚੱਲੋਗੇ ਤਾਂ ਥੋੜ੍ਹੇ ਦੇ ਵਿੱਚ ਵੀ ਮੇਰੇ ਵਾਹਿਗੁਰੂ ਜੀ ਇੰਨੀਆਂ ਬਰਕਤਾਂ ਪਾ ਦੇਣਗੇ ਕਿ ਕਿਰਪਾ ਸੰਭਾਲਿਆ ਨਹੀਂ ਸੰਭਾਲੀ ਜਾਣੀ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਇਹ ਜੋ ਮੈਂ ਕਾਰਜ ਰੱਖਿਆ ਸੀ ਮੇਰੇ ਵਾਹਿਗੁਰੂ ਜੀ ਨੇ ਕਿੰਜ ਪੂਰਾ ਕਰ ਦਿੱਤਾ। ਇਸ ਲਈ ਗੱਲ ਭਰੋਸੇ ਦੀ ਆ, ਗੱਲ ਆਪਣੇ ਮਨ ਦੀ ਆਵਾਜ਼ ਆਪਣੇ ਅੰਦਰ ਦੀ ਆਵਾਜ਼ ਉਸ ਵਾਹਿਗੁਰੂ ਤੱਕ ਪਹੁੰਚਾਉਣ ਦੀ ਆ। ਇਸ ਲਈ ਵਿਖਾਵੇ ਵਿੱਚ ਨਾ ਪਿਆ ਕਰੋ, ਸ਼ਬਦਾਂ ਦੀ ਅਰਦਾਸ ਵਿੱਚ ਨਾ ਪਿਆ ਕਰੋ, ਭਾਵਨਾ ਨਾਲ ਅਰਦਾਸ ਕਰਿਆ ਕਰੋ, ਆਪਣੇ ਮਨ ਦੀ ਆਵਾਜ਼ ਆਪਣੇ ਵਾਹਿਗੁਰੂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਅਤੇ ਅੰਮ੍ਰਿਤ ਵੇਲੇ ਉੱਠ ਕੇ ਜਿੰਨੇ ਮਰਜ਼ੀ ਰਜੇਵੇਂ ਹੋਣ, ਜੇ ਤੁਸੀਂ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦੇ ਤਾਂ ਮੂਲ ਮੰਤਰ ਜੀ ਦਾ ਜਾਪ ਜ਼ਰੂਰ ਕਰਿਆ ਕਰੋ। ਮੂਲ ਮੰਤਰ ਜੀ ਦਾ ਜਾਪ ਕਰਕੇ ਆਪਣੇ ਵਾਹਿਗੁਰੂ ਜੀ ਦੇ ਅੱਗੇ ਇਹ ਅਰਦਾਸ ਕਰਿਆ ਕਰੋ ਤਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਧੋਖਾ ਨਹੀਂ ਖਾਓਗੇ, ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ, ਕਿਉਂਕਿ ਜਿਸ ਦੀ ਜ਼ਿੰਮੇਵਾਰੀ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਚੁੱਕ ਲੈਂਦੇ ਨੇ, ਫਿਰ ਉਸਨੂੰ ਆਪਣੀਆਂ ਚਿੰਤਾਵਾਂ ਫਿਕਰ ਕਰਨ ਦੀ ਲੋੜ ਨਹੀਂ ਪੈਂਦੀ। ਮੇਰੇ ਵਾਹਿਗੁਰੂ ਜੀ ਉਸਦੇ ਸਾਰੇ ਕਾਰਜ ਆਪ ਰਾਸ ਕਰਦੇ ਨੇ, ਆਪ ਵਿੱਚ ਹੋ ਕੇ ਵਰਤਦੇ ਨੇ। ਇਸ ਲਈ ਵਿਅਰਥ ਹੀ ਵਹਿਮਾਂ ਭਰਮਾਂ ਦੇ ਵਿੱਚ ਕਰਮ ਕਾਂਡਾਂ ਵਿੱਚ ਨਾ ਪਿਆ ਕਰੋ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈ ਰਹੀ, ਸਾਡੇ ਸਿਰ ਦੇ ਉੱਤੇ ਕਰਜ਼ਾ ਚੜ੍ਹ ਗਿਆ ਹੈ, ਸਾਡੇ ਬੱਚੇ ਬੱਚੀ ਦਾ ਰਿਸ਼ਤਾ ਤੈਅ ਨਹੀਂ ਹੋ ਰਿਹਾ, ਕਿਤੇ ਸਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕਰ ਦਿੱਤਾ ਹੈ ਜਾਂ ਸਾਨੂੰ ਨਜ਼ਰ ਲੱਗ ਗਈ ਹੈ। ਇੱਦਾਂ ਦੀਆਂ ਗੱਲਾਂ ਕੁਝ ਨਹੀਂ ਹੁੰਦੀਆਂ। ਕਈ ਕਹਿਣਗੇ ਸਾਡੇ ਘਰ ਦੇ ਮੂੰਹ ਦੀ ਦਿਸ਼ਾ ਉਲਟ ਹੈ, ਸਾਡੇ ਘਰ ਵਿੱਚ ਤਾਂ ਬਰਕਤ ਨਹੀਂ ਪੈਂਦੀ। ਤਾਂ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਕਿ ਘਰ ਦੀਆਂ ਦਿਸ਼ਾਵਾਂ ਦੇ ਮੂੰਹ ਵੱਲ ਨਾ ਵੇਖੋ, ਆਪਣਾ ਮੂੰਹ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਕਰ ਲਓ, ਆਪਣੀ ਜ਼ਿੰਮੇਵਾਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਚੁਕਾ ਦਿਓ, ਸਭ ਕੁਝ ਠੀਕ ਹੋਣਾ ਸ਼ੁਰੂ ਹੋ ਜਾਵੇਗਾ, ਸਾਰੇ ਕਾਰਜ ਮੇਰੇ ਪਾਤਸ਼ਾਹ ਆਪ ਰਾਸ ਕਰ ਦੇਣਗੇ। ਬਸ ਆਪਣੇ ਅੰਦਰ ਦੀ ਮੈਂ ਮਾਰ ਕੇ ਤੂੰ ਹੀ ਤੂੰ ਵਿੱਚ ਵਿਸ਼ਵਾਸ ਕਰੋ ਕਿ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਹਮੇਸ਼ਾ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ, ਅੰਗ ਸੰਗ ਹੋ ਕੇ ਸਹਾਈ ਹੋਣਾ, ਜਿੱਥੇ ਵੀ ਰੱਖਣਾ ਆਪਣੇ ਭਾਣੇ ਵਿੱਚ ਰੱਖਣਾ, ਜੋ ਕੰਮ ਤੈਨੂੰ ਚੰਗਾ ਲੱਗੇ ਉਹ ਕਰਾ ਲੈਣਾ, ਜੋ ਤੁਹਾਨੂੰ ਚੰਗਾ ਨਾ ਲੱਗੇ ਉਹ ਕੰਮ ਦੇ ਵਿੱਚ ਕੋਈ ਰੁਕਾਵਟ ਪਾ ਦੇਣਾ, ਤਾਂ ਦੇਖਣਾ ਸਭ ਕੁਛ ਆਪਣੇ ਆਪ ਸਹੀ ਹੋਣਾ ਸ਼ੁਰੂ ਹੋ ਜਾਵੇਗਾ। ਜੇਕਰ ਇਹ ਵੀਡੀਓ ਵਧੀਆ ਲੱਗੀ ਹੋਈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਅਤੇ ਜੇਕਰ ਮੇਰੇ ਸ਼ਬਦਾਂ ਰਾਹੀਂ ਇਸ ਵੀਡੀਓ ਰਾਹੀਂ ਕਿਸੇ ਦੇ ਵੀ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਮਾਫ਼ ਕਰ ਦੇਣਾ।
वाहिगुरु जी का खालसा वाहिगुरु जी की फतेह।